वाह वाह ਜਿਹੜਾ ਬੰਦਾ ਵਲੀਮੇ ਵਾਲੇ ਦਿਨ ਵੀ ਹੱਥੇ ਰੋਟੀ ਥਾਲ ਕੇ ਖਾਵੇ ਉਹਨੂੰ ਕੀ ਪਲੇਟ ਦੀ ਲੋੜ ਹੈ? ਰਾਗ ਸੁਰ ਇੱਕ ਬਰਤਨ ਹੁੰਦਾ ਤੇ ਉਹਦੇ ਵਿੱਚ ਕਲਾਮ ਰੱਖ ਕੇ ਪੇਸ਼ ਕੀਤਾ ਜਾਂਦਾ ਤੇ ਜਿਹਨੂੰ ਬਰਤਨ ਦੀ ਕਦਰ ਨਹੀਂ ਉਸ ਰੋਟੀ ਹੱਥ 'ਚ ਫੜ ਕੇ ਖਾਣੀ ਕਿਹੜੀ ਗੱਲ ਹੈ? ਅਲੀ ਵਰਗਾ ਜ਼ਮਾਨੇ ਤੇ ਕੋਈ ਪੀਰ ਵਿਖਾ ਮੈਨੂੰ ਅਲੀ ਵਰਗਾ ਜ਼ਮਾਨੇ ਤੇ ਕੋਈ ਪੀਰ ਵਿਖਾ ਮੈਨੂੰ ਅਗਲੇ ਮਿਸਰੇ ਤੇ ਮੈਨੂੰ ਇੱਕ ਬੰਦਾ ਜ਼ਿੱਦੀ ਚਾਹੀਦਾ ਜਿਹਨੇ ਹਜ ਤੱਕ ਦਾਦ ਨਹੀਂ ਦਿੱਤੀ, ਉਹ ਬੰਦਾ ਚਾਹੀਦਾ ਵੇਖਣਾ ਵੀ ਕਿੰਨਾ ਕੁ ਜ਼ਿੱਦ ਕਰਦਾ ਤੇ ਦਾਦ ਨਾ ਦੇਵੇ। ਸਦਾ ਲਓ ਉਹ ਬੰਦਾ, ਸਦਾ ਲਓ ਜਿਹੜਾ ਅੱਜ ਤੱਕ ਦਾਦ ਨਾ ਦੇ ਸਕਿਆ ਹੋਵੇ। ਇਸ ਮਿਸਰੇ ਤੋਂ ਉਸ ਦਾਦ ਲੈਣੀ, ਤੁਸੀਂ ਤਾਂ ਦੇਰ ਨਾਲ ਬੈਠੇ ਹੋ, ਤੁਸੀਂ ਤਾਂ ਪਹਿਲੇ ਬੜੇ ਸਾਈਡ ਬੈਠੇ ਹੋ। ਆਸ਼ੇ ਸੁਣਾ ਦਰ, ਅਲੀ ਵਰਗਾ ਜ਼ਮਾਨੇ ਤੇ ਕੋਈ ਪੀਰ ਵਿਖਾ ਮੈਨੂੰ, ਇਹ ਹੈ ਪਹਿਲਾ ਮਿਸਰਾ। ਅਲੀ ਵਰਗਾ ਜ਼ਮਾਨੇ ਤੇ ਕੋਈ ਪੀਰ ਵਿਖਾ ਮੈਨੂੰ, ਅਲੀ ਬਾਜ ਮੁਹੰਮਦ ਦਾ ਕੋਈ ਵੀਰ ਵਿਖਾ ਮੈਨੂੰ, ਅਲੀ ਵਰਗਾ ਜ਼ਮਾਨੇ ਅਲੀ ਵਰਗਾ ਜ਼ਮਾਨੇ ਤੇ ਕੋਈ ਪੀਰ ਵਿਖਾ ਮੈਨੂੰ। ਪਹਿਲਾ ਸ਼ੇਰ ਤੁਹਾਡੀ ਗੋਦ 'ਚ ਪਾ ਰਿਹਾ, ਤੁਹਾਡੀ ਝੋਲੀ 'ਚ ਪਾ ਰਿਹਾ। ਪਹਿਲਾ ਅਲੀ ਦਾ ਸ਼ੇਰ ਪਹਿਲਾਂ ਤੁਹਾਨੂੰ ਦੇ ਰਿਹਾ, ਅਗਲਾ ਤੁਹਾਨੂੰ ਦੇ ਰਿਹਾ। ਉੱਚੀ ਜ਼ਾਤ ਅਲੀ ਦੀਏ, ਕਾਇਨਾਤ ਅਲੀ ਦੀਏ, ਅਲੀ ਜਿਤਨੀ ਕਿਸੇ ਦੀ ਵੀ ਜਾਗੀਰ ਵਿਖਾ ਮੈਨੂੰ, ਅਲੀ ਵਰਗਾ ਜ਼ਮਾਨੇ ਤੇ ਕੋਈ ਪੀਰ ਵਿਖਾ ਮੈਨੂੰ, ਹੋ ਅਲੀ ਵਰਗਾ ਜ਼ਮਾਨੇ ਤੇ ਕੋਈ ਪੀਰ ਵਿਖਾ ਮੈਨੂੰ। ਇਹਦਾ ਹੱਥ ਹਜ਼ੂਰ ਕਾਬੇ ਦਾ ਤਵਾਫ ਹੋ ਰਿਹਾ, ਕਾਬੇ ਦਾ ਤਵਾਫ ਹੋ ਰਿਹਾ, ਅਲੀ ਪਾਕ ਤਵਾਫ ਕਰ ਰਹੇ ਨੇ, ਇੱਕ ਬੰਦਾ ਹੋਰ ਵੀ ਤਵਾਫ ਕਰ ਰਿਹਾ। ਉਹ ਬੰਦਾ ਇਹਨਾਂ ਨੇ ਜਿਹੜੇ ਉਮਰੇ 'ਤੇ ਗਿਆ ਉਹਨਾਂ ਨੂੰ ਪਤਾ, ਹਜ 'ਤੇ ਜਿਹੜੇ ਗਿਆ ਉਹਨਾਂ ਨੂੰ ਪਤਾ ਕਿ ਕਾਬੇ ਸ਼ਰੀਫ ਮਰਦ ਔਰਤ ਮਿਲ ਕੇ ਤਵਾਫ ਕਰਦੇ ਨੇ, ਪਰਦਾਦਾਰੀ ਨਹੀਂ ਹੁੰਦੀ, ਠੀਕ ਹੈ ਨਾ। ਉਹ ਬੰਦਾ ਬਦਨਜ਼ਰੀ ਕਰ ਰਿਹਾ, ਖਵਾਤੀਨ ਵੱਲ ਵੇਖਦਾ ਹੈ ਅਤੇ ਨਾਲ ਤਵਾਫ ਵੀ ਕਰਦਾ। ਅਲੀ ਪਾਕ ਉਹਨੂੰ ਮਨਾ ਕਰਦੇ ਨੇ ਵੀ ਸਿੱਧਾ ਤਰ ਤਵਾਫ ਕਰ, ਸਿੱਧੀ ਨਜ਼ਰ ਤਵਾਫ ਕਰ। ਉਹ ਅੱਗੋਂ ਕੀ ਕਹਿੰਦਾ, ਨਹੀਂ ਅਲੀ ਪਾਕ ਤੁਸੀਂ ਐਵੇਂ ਇਲਜ਼ਾਮ ਲਾ ਰਹੇ ਹੋ ਮੇਰੇ 'ਤੇ, ਮੈਂ ਕਦੋਂ ਇਹ ਕੰਮ ਕਰ ਰਿਹਾ? ਉਹ ਫਿਰ ਸ਼ੁਰੂ ਹੋ ਗਿਆ। ਅਲੀ ਪਾਕ ਨੇ ਫਿਰ ਉਹਨੂੰ ਉਹਦਾ ਨੋਟਿਸ ਲਿਆ, ਮੈਂ ਤੈਨੂੰ ਮੈਂ ਕਿਹਾ ਉੱਧਰ ਨਾ ਵੇਖ ਅਤੇ ਤਵਾਫ ਸਿੱਧਾ ਕਰ। ਉਹਨੇ ਫਿਰ ਹੀ ਕਿਹਾ, ਨਹੀਂ ਅਲੀ ਪਾਕ ਤੁਸੀਂ ਇਲਜ਼ਾਮ ਹੀ ਲਾ ਰਹੇ ਹੋ, ਮੈਂ ਐਸਾ ਨਹੀਂ ਕਰ ਰਿਹਾ। ਤੀਸਰੀ ਵਾਰੀ ਜਦੋਂ ਮੌਲਾ ਅਲੀ ਨੇ ਕਿਹਾ ਨਾ ਤੂੰ ਗਲਤ ਕਰ ਰਿਹਾ, ਉਹਨੇ ਕਿਹਾ ਨਹੀਂ ਅਲੀ ਪਾਕ ਤੁਸੀਂ ਇਲਜ਼ਾਮ ਲਾ ਰਹੇ ਹੋ, ਅਲੀ ਪਾਕ ਨੇ ਇੱਕ ਰੱਖ ਦਿੱਤੀ ਸਿੱਧੀ। ਇਹ ਸ਼ਿਕਾਇਤ ਲੈ ਕੇ ਉਸ ਵਕਤ ਜਿਹੜੇ ਅਮੀਰੁਲ ਮੋਮਿਨੀਨ ਹਨ ਉਹ ਹਜ਼ਰਤ ਫਾਰੂਕ ਆਜ਼ਮ ਸਨ, ਉਹ ਫਾਰੂਕ ਆਜ਼ਮ ਦੀ ਬਾਰਗਾਹ 'ਚ ਆ ਕੇ ਸ਼ਿਕਾਇਤ ਲਾਇਆ, ਬਈ ਚੁੱਪ ਹੋ ਜਾ ਯਾ ਅਮੀਰੁਲ ਮੋਮਿਨੀਨ, ਅਲੀ ਪਾਕ ਮੈਨੂੰ ਐਵੇਂ ਚਾਟ ਮਾਰ ਲਈ, ਐਵੇਂ ਥੱਪੜ ਮਾਰ ਲਿਆ, ਮੇਰਾ ਇਨਸਾਫ ਕੀਤਾ ਜਾਏ। ਆਖਿਰ ਕੀ ਹੋਇਆ ਜੀ, ਮੈਂ ਆਖੇ ਐਵੇਂ ਇਲਜ਼ਾਮ ਲਾ ਰਿਹਾ ਜੀ, ਮੈਂ ਬਦਨਜ਼ਰੀ ਕਰ ਰਿਹਾ, ਅਲੀ ਮੇਰੇ 'ਤੇ ਇਲਜ਼ਾਮ ਲਾਇਆ,
ਇੰਨੀ ਗੱਲ ਕੀਤੀ ਤੇ ਉਮਰ ਪਾਕ ਨੇ ਵੀ ਰੱਖ ਦਿੱਤੀ। ਉਹਨੇ ਕਿਹਾ ਜਿਹੜਾ ਸਿਰ ਤੋਂ ਪੈਰਾਂ ਤੱਕ ਹੱਕ ਹੈ ਤੂੰ ਉਹਨੂੰ ਕਹਿੰਦਾ ਇਲਜ਼ਾਮ। ਅਲੀ ਹੱਕ, 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 ਨਾਰਾਏ ਹੈਦਰੀ ਦਾ ਹੱਥ ਅਦੁੱਲਾ ਏ ਚਿਹਰਾ ਵਜਹੁੱਲਾ ਏ ਜਿਹੜਾ ਹੱਥ ਨਾ ਚੁੱਕ ਸਕੇ ਬੰਦਾ ਮਸਲਾ ਕਮਜ਼ੋਰ ਹੈ। ਇਹਦਾ ਹੱਥ ਅਦੁੱਲਾ ਏ ਚਿਹਰਾ ਵਜਹੁੱਲਾ ਏ ਇਹਦੀ ਸੂਰਤ ਜਈ ਕੋਈ ਤਸਵੀਰ ਵਿਖਾ ਮੈਨੂੰ ਅਲੀ ਵਰਗਾ ਜ਼ਮਾਨੇ ਤੇ ਕੋਈ ਪੀਰ ਵਿਖਾ ਮੈਨੂੰ ਅਲੀ ਵਰਗਾ ਜ਼ਮਾਨੇ ਤੇ ਕੋਈ ਪੀਰ ਵਿਖਾ ਮੈਂ